ਇੱਕ ਸਿੱਖ ਹੋਣ ਨਾਤੇ, ਪਰ ਆਪਣੇ ਤਾਂ ਸਾਰੇ ਗੁਰੂ 'ਚ ਗੁਰਬਾਣੀ 'ਚ ਇਹੀ ਲਿਖਿਆ, ਹਿੰਦੂ ਸਿੱਖ ਮੁਸਲਿਮ ਇਸਾਈ ਸਭ ਆਪਾਂ ਇੱਕ ਹਾਂ, ਇਨਸਾਨੀਅਤ ਪਹਿਲਾਂ ਹੈ, ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ। ਅਤੇ ਦੂਜੀ ਗੱਲ, ਇੱਦੋਂ ਵੱਡਾ ਸਥਾਨ ਹਰੀ ਕਾ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ, ਕੋਈ ਸਥਾਨ ਇੱਦੋਂ ਵੱਡਾ ਨਹੀਂ ਗਾ, ਪਵਿੱਤਰ ਸਥਾਨ ਦੇਖ ਕੇ ਕਿਵੇਂ ਖੁਸ਼ੀ ਹੁੰਦੀ ਆ। ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ ਕੋਨੇ ਤੋਂ, ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਜਾਂ ਨਹੀਂ ਆਉਂਦੀ, ਉਹ ਵੀ ਪੂਰਾ ਲੀਨ ਆ ਬਾਣੀ 'ਚ, ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ। ਸੇਵਾ ਭਾਵ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ, ਕੋਈ ਲੰਗਰ ਦੀ ਸੇਵਾ ਕਰ ਰਿਹਾ, ਕੋਈ ਜਲ ਦੀ ਸੇਵਾ ਕਰ ਰਿਹਾ, ਕੋਈ ਮਤਲਬ ਆਪਣੇ ਗੁਟਕਾ ਸਾਹਿਬ ਹੱਥ 'ਚ ਨੇ ਅਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ 'ਚ। ਅਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ, ਅਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ, ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ, ਇੱਥੇ ਤਾਂ ਸਭ ਇੱਕ ਆ। ਉਹ ਲੋਕ ਬੜੇ ਹੀ, ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕੈਸੀ ਆ, ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ। ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋ ਦੁਆਰ ਖੁੱਲ੍ਹੇ ਨੇ, ਕੋਈ ਵੀ ਆਵੇ, ਕੋਈ ਵੀ ਇੱਥੇ ਮੱਥਾ ਟੇਕੇ ਅਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਵੇ। ਅਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਆ, ਅਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤਾਂ ਮੰਗਣੀ ਆਉਂਦਾ। ਅਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ, ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਏ ਹਾਂ ਸਾਰੇ ਹੀ, ਤੁਸੀਂ ਇਹੀ ਮੰਗਦੇ ਇੱਥੇ ਖੜ ਕੇ ਵੀ ਪਰਮਾਤਮਾ ਵਾਹਿਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ, ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ। ਅਤੇ ਇੱਥੇ ਇਹੀ ਦੁਆ ਹੈ ਵੀ ਸਾਰਿਆਂ ਨੂੰ ਆਉਣ ਵਾਲੀ ਪੀੜ੍ਹੀ ਆ, ਜਿਨ੍ਹਾਂ ਬੜੀ ਨਜ਼ਰ ਲੱਗੀ ਹੋਈ ਆ, ਚਾਹੇ ਉਹ ਕੋਈ ਕਾਰਨ ਹੋਣ, ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ, ਚਾਹੇ ਨਸ਼ੇ ਦੇ ਹੋਣ, ਉਹਦੇ ਵਿੱਚੋਂ ਇਹਨਾਂ ਨੇ ਕੱਢਣਾ। ਇਨਸਾਨ ਕੁਛ ਨਹੀਂ, ਇਨਸਾਨ ਤਾਂ ਵੱਡੀਆਂ ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ, ਪਰ ਇਹਨਾਂ ਦੇ ਮੂਹਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ, ਉਨੀ ਛੇਤੀ ਜਿਹੜਾ ਉਹ ਭਲਾ ਹੋਊ। ਕੋਈ ਨਾ ਕੋਈ ਕਮੀਆਂ, ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਹੈ, ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਹਾਂ, ਪਰ ਇਹ ਇਹਨਾਂ ਨੇ ਇਸ ਚੀਜ਼ਾਂ ਦੂਰ ਕਰਨੀਆਂ। ਲੋਕ ਸਭਾ ਚੋਣਾਂ ਨੇੜੇ ਨੇ, ਉਸ ਤੋਂ ਪਹਿਲੇ ਤੁਸੀਂ ਆਸ਼ੀਰਵਾਦ ਵੀ ਲਿਆ ਮੱਥਾ? ਬਿਲਕੁਲ, ਇਹ ਗੱਲ ਤੁਹਾਡੀ ਠੀਕ ਆ, ਹਰ ਦਾ ਆਪਣਾ ਆਪਣਾ ਪੇਸ਼ਾ ਹੈ। ਕੋਈ ਕੋਈ ਕਾਰੋਬਾਰ ਫੈਕਟਰੀਆਂ ਚਲਾਉਂਦਾ, ਉਹ ਆਪਣੀ ਫੈਕਟਰੀ ਦੀ ਚੱਲਣ ਲਈ ਮੰਗ ਆਉਂਦਾ, ਕੋਈ ਦੁਕਾਨਦਾਰ ਆ ਉਹ ਆਪਣੇ ਲਈ ਆਉਂਦਾ ਹੈ, ਕਿਸੇ ਦੀ ਕੋਈ ਟਰਾਂਸਪੋਰਟ ਆ ਉਹਦੀ ਚੜ੍ਹਦੀ ਕਲਾ ਆਉਂਦੇ ਆ। ਅਸੀਂ ਸਿਆਸੀ ਲੋਕ ਹਾਂ, ਜਿੱਥੇ ਆਮ ਲੋਕਾਂ ਦਾ ਆਵਾਮ ਦਾ ਭਲਾ ਚਾਹੁੰਦੇ, ਉੱਥੇ ਆਪਣੇ ਲਈ ਵੀ ਚੰਗੀ ਤਰ੍ਹਾਂ, ਕਿਉਂਕਿ ਜਿਹੜੀਆਂ ਵੀ ਇਲੈਕਸ਼ਨਾਂ ਹੁੰਦੀਆਂ ਹੈ ਉਹ ਗੁਰੂ ਤੋਂ ਬਗੈਰ ਤਾਂ ਹੁੰਦੀਆਂ ਨਹੀਂ, ਅਤੇ ਇਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਜੁੜਦੇ ਆ, ਅਤੇ ਉਹ ਕਿਸੇ ਨੂੰ ਜੇ ਗਲਤ ਫਹਿਮੀ ਹੋਵੇ ਵੀ ਤੁਹਾਡੇ ਕਰਕੇ ਜੁੜਦੇ ਆ, ਉਹ ਗਲਤ ਆ। ਇਹ ਪਰਮਾਤਮਾ ਹੀ ਆ, ਇਹ ਵਾਹਿਗੁਰੂ ਆ, ਜੇ ਚੰਗੇ ਤੁਹਾਡੇ ਬਾਰੇ ਦਿਮਾਗ 'ਚ ਲੋਕਾਂ ਦੇ ਗੱਲ ਪਾਉਂਦਾ ਹੈ ਤਾਂ ਤੁਹਾਨੂੰ ਲੋਕ ਬਣਾ ਦਿੰਦੇ ਆ। ਚੰਗੇ ਕੰਮ ਨੇ ਜਿਹੜੇ ਕਰਮ ਕੀਤੇ ਹੋਣਗੇ ਚੰਗੇ, ਤਾਂ ਇਹ ਵਾਹਿਗੁਰੂ ਆਪ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰਦਾ। ਮੇਰੇ ਨਾਲ ਤਾਂ ਅੱਜ ਤੱਕ ਇਸੇ ਤਰੀਕੇ ਨਾਲ ਹੋਇਆ, ਚਾਹੇ ਮੈਂ ਪਵਿੱਤਰ ਸਾਡਾ ਤਖ਼ਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉੱਥੋਂ ਮੈਂਬਰ ਪਾਰਲੀਮੈਂਟ ਰਿਹਾ, ਦੋ ਵਾਰ ਮੈਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਿਹਾ, ਅਤੇ ਆ ਕੇ ਉਰਿਓਂ ਹੀ ਆਸ਼ੀਰਵਾਦ ਲੈ ਕੇ ਜਾਈਦਾ, ਦੁਰਗਿਆਣਾ ਮੰਦਰ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਜਾਈਦਾ, ਅਤੇ ਹਮੇਸ਼ਾ ਹੀ
ਫਤਿਹ ਹੋਈ ਆ, ਕਦੇ ਵੀ ਕੋਈ ਔਕੜ ਆ ਜਿਹੜੀ ਉਹ ਨਹੀਂ ਆਈ। ਅਤੇ ਬਹੁਤ ਵਿਸ਼ਵਾਸ, ਚਾਹੇ ਮੇਰੇ ਮਾਤਾ ਜੀ ਹੋਣ, ਉਹਨਾਂ ਨੇ ਵੀ, ਚਾਹੇ ਗੁਰੂ ਗ੍ਰੰਥ ਸਾਹਿਬ ਸਾਡੇ ਘਰਾਂ, ਚਾਹੇ ਚੰਡੀਗੜ੍ਹ, ਚਾਹੇ ਉੱਥੇ, ਰੋਜ਼ ਗੁਰੂ ਮਹਾਰਾਜ ਦੇ ਮੂਹਰੇ ਸਾਰਾ ਪਰਿਵਾਰ ਅਸੀਂ ਮੱਥਾ ਟੇਕ ਕੇ, ਨਤਮਸਤਕ ਹੋ ਕੇ, ਅਤੇ ਹਰ ਵੇਲੇ ਬਾਣੀ ਆ ਜਿਹੜੀ ਉਹ ਚੱਲਦੀ ਰਹਿੰਦੀ ਆ। ਲੜੀਵਾਰ ਪਾਠ ਸਾਡੇ ਘਰ ਹਮੇਸ਼ਾ ਚੱਲਦਾ ਰਹਿੰਦਾ, ਅਤੇ ਗੁਰੂ ਨਾਲ ਜੁੜੇ ਹੋਏ, ਗੁਰੂ ਦਾ ਬਹੁਤ ਕੁਛ, ਕੋਈ ਕਮੀ ਉਹ ਨਹੀਂ ਛੱਡੀ ਗੁਰੂ ਨੇ ਕੋਈ। ਮੈਂ ਸਮਝਦਾ ਕਦੇ ਵੀ ਮੁੱਖ ਮੰਤਰੀ ਲੈ ਕੇ, ਮਿਨਿਸਟਰੀਆਂ ਤੋਂ ਲੈ ਕੇ, ਐਮਪੀਸ਼ਿਪਾਂ ਲੈ ਕੇ, ਕਦੇ ਕੋਈ ਗੁਰੂ ਮਹਾਰਾਜ ਨੇ ਕੋਈ ਕਮੀ ਉਹ ਨਹੀਂ ਛੱਡੀ। ਇਹ ਸਭ ਇਹਨਾਂ ਦਾ ਹੈ, ਅਤੇ ਇੱਥੋਂ ਹੀ ਬਖਸ਼ਿਸ਼ ਆ ਜਿਹੜੀ ਉਹ ਹੁੰਦੀ ਆ। ਅਤੇ ਅੱਜ ਸਾਡੇ ਕੁਛ ਅਸੀਂ ਪਰਿਵਾਰ ਦੇ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਨੇ, ਸਾਡੇ ਬਖਸ਼ੀ ਜੀ ਨੇ, ਜੋਸ਼ੀ ਜੀ ਨੇ, ਸਾਡੇ ਬਸੀ ਜੀ ਨੇ, ਅਤੇ ਅਸੀਂ ਇਹ ਤਿੰਨ ਚਾਰ ਜਾਣੇ ਪਰਿਵਾਰ ਆਪਣੇ ਇਕੱਠੇ ਹੋ ਕੇ ਅੱਜ ਆਰਾਮ ਦੇ ਨਾਲ ਸਵੇਰ ਦੇ ਚੰਗਾ 2-3 ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਬਤੀਤ ਕੀਤੇ ਆ। ਅਤੇ ਦੁਬਾਰਾ ਚਾਰਜ ਹੋ ਕੇ, ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ, ਚਾਰਜ ਹੋ ਕੇ, ਸੰਤੁਸ਼ਟੀ ਨਾਲ ਉਹ ਜਾਂਦਾ। ਅਤੇ ਕੁਦਰਤੀ ਗੱਲ ਆ, ਜੇ ਉਹਦੇ ਅੰਦਰ ਇੱਕ ਗੱਲ ਹੋਰ ਭਾਵਨਾ ਹੈ, ਉਹਦੇ ਅੰਦਰ ਭੈ ਰਹਿੰਦਾ ਕੋਈ ਮਾੜੇ ਕੰਮ ਨਾ ਕਰੇ, ਕੋਈ ਕਰਪਸ਼ਨ ਨਾ ਕਰੇ, ਵੀ ਭਾਈ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਊਂਗਾ, ਅਤੇ ਆਪਣੇ ਆਪ ਚੰਗੇ ਕੰਮ ਵੱਲ ਨੂੰ ਉਹ ਤੁਰਦਾ ਹੈ। ਇਹ ਵੱਡੀ ਗੱਲ ਇਹ ਆ, ਜੇ ਇਹਦੇ ਭਉ 'ਚ ਰਹੋਗੇ, ਭੈ 'ਚ ਰਹੋਗੇ, ਤਾਂ ਮੈਂ ਸਮਝਦਾ ਕੋਈ ਵੀ ਚੀਜ਼ ਗਲਤ ਤੋਂ ਹੋ ਹੀ ਨਹੀਂ ਸਕਦੀ, ਅਤੇ ਨਾ ਤੁਸੀਂ ਮਾੜੀ ਚੀਜ਼ ਵੱਲ ਚੱਲੋਗੇ। ਅਤੇ ਠੀਕ ਆ, ਇਲੈਕਸ਼ਨਾਂ ਹੈ, ਉਹਦੇ ਲਈ ਵੀ ਇਲੈਕਸ਼ਨਾਂ ਵੀ ਸੁੱਖ ਸ਼ਾਂਤੀ ਨਾਲ ਹੋਣ, ਸਾਰੇ ਪੰਜਾਬ 'ਚ ਹੋਣ। ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ, ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਸੁਨੀਲ ਜੀ, ਇੱਕ ਸਦਨ ਦੇ ਵਿੱਚ ਜਿਵੇਂ ਸੀਐਮ ਸਾਹਿਬ ਦੀ ਇੱਕ ਰਵੱਈਆ ਸੀਗਾ ਜਾਂ ਤਾਲਾ ਲੈ ਕੇ ਪਹੁੰਚੇ ਜਾਂ ਜਿਸ ਤਰੀਕੇ ਨਾਲ ਸ਼ਾਊਟਿੰਗ ਕਰਦੇ, ਨਹੀਂ ਮੈਨੂੰ ਨਹੀਂ ਲੱਗਦਾ ਵੀ, ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਹਾਂ, ਮੈਂ ਉਹਨਾਂ ਤੋਂ 2009 'ਚ ਆ ਗਿਆ ਸੀ, ਉਹ 14 'ਚ ਆਏ ਆ, ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ, ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ। ਤੁਸੀਂ ਵੀ ਪੁਰਾਣੀਆਂ ਇਤਿਹਾਸ ਬਾਰੇ ਪੜ੍ਹ ਸਕਦੇ ਹੋ, ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ, ਅਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ 'ਚ, ਮੇਰੀਆਂ ਵੇਰੇ, ਇਹ ਕੀ, ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ, ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਓਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਓਪੋਜੀਸ਼ਨ ਨੂੰ ਬਾਹਰ ਕੱਢ ਕੇ, ਉਹਦਾ ਭਲਾ ਕੀ ਹੋਊਗਾ। ਅਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ, ਨਾਟਕ ਕਰਕੇ ਦਿਖਾਇਆ, ਲੋਕ ਤਾਂ 1000 ਰੁਪਈਆ ਭਾਲ ਰਹੇ ਸੀ, ਹਰੇਕ ਮਾਂ ਦਾ, ਹਰ ਭੈਣ ਦਾ 25-25 ਹਜ਼ਾਰ ਰੁਪਈਆ ਹੋਇਆ ਪਿਆ 2 ਸਾਲ ਦਾ, ਅਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦੇਵਾਂਗੇ ਹਰ ਘਰ 'ਚ 36-36 ਹਜ਼ਾਰ ਰੁਪਈਆ, ਜਦੋਂ ਵੀ ਇਹ ਆਉਣ ਹਰ ਮਾਂ ਭੈਣ ਇਹਨਾਂ ਤੋਂ ਪਹਿਲਾਂ ਆਪਣਾ ਉਹ 36,000 ਦਾ ਹਿਸਾਬ ਮੰਗੇ। 2500 ਰੁਪਈਆ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ, ਕਿਹੜਾ ਕਿਤੇ ਊਂ ਕਿਹਾ ਸੀ ਮੈਨੀਫੈਸਟੋ, ਗਰੰਟੀਆਂ ਦਿੱਤੀਆਂ ਸੀ। ਅਤੇ ਜਦੋਂ ਉਹ ਗੱਲਾਂ ਹੁੰਦੀਆਂ ਹੈ ਲੋਕਾਂ ਦੀਆਂ, ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ। ਪਰ ਇੱਕ ਗੱਲੋਂ ਚੰਗਾ ਹੈ, ਆ ਮੈਂ ਗੁਰੂ ਘਰ ਖੜ੍ਹਾ ਹੈ, ਗੁਰੂ ਘਰ ਨੇ ਉਹਨਾਂ ਨੂੰ ਬਣਾਇਆ, ਉਹਨਾਂ ਦੇ ਜਿੰਨੇ ਵੀ ਨੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ। ਇੱਕ 2 ਹੀ ਗੱਲਾਂ ਹੋਣੀਆਂ ਹੁਣ, ਖੁਸ਼ਖਬਰੀ ਆ ਜੂਗੀ ਮਾਰਚ 'ਚ, ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰ ਖੁਸ਼ੀ ਆਉਣ ਵਾਲੀ ਆ, ਅਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ MLA ਉਹਨਾਂ ਦੇ ਘਰ ਵੀ ਅੱਗੇ ਲੋਹੜੀਆਂ ਆ ਜਾਣਗੀਆਂ। ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਹੈ ਵੀ ਇਹਨਾਂ ਦੇ ਵਿਆਹ ਹੋ ਗਏ ਅਤੇ ਅੱਗੇ ਬੱਚੇ ਹੋ ਜਾਣਗੇ। ਇਹੀ ਆਮ ਆਦਮੀ, ਇਹੀ ਬਦਲਾਅ ਹੈ, ਬਾਕੀ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਹੈ। ਹੁਣ ਜਦੋਂ ਅਗਲੀਆਂ ਇਲੈਕਸ਼ਨਾਂ ਆਉਣਗੀਆਂ ਫਿਰ ਸੋਚਣਾ ਪਊਗਾ, ਪਰ ਜਿਹੜਾ ਬਦਲਾਅ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ 'ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏਗਾ। ਰਵਨੀਤ ਜੀ, ਇੱਕ ਗੱਲ ਹੈ ਕਿ ਜਦੋਂ ਵੀ ਪੰਜਾਬ ਦੀ ਕੋਈ ਆਵਾਜ਼ ਚੁੱਕਣਾ ਚਾਹੁੰਦਾ ਜਿਵੇਂ ਤੁਸੀਂ ਕੀਤੀ ਸੀਗੀ ਜਾਂ ਬਾਕੀ ਚੁੱਕਦੇ ਨੇ, ਇਹਨਾਂ ਨੂੰ ਗ੍ਰਿਫਤਾਰੀ ਦਾ ਮੂੰਹ ਦੇਖਣਾ? ਬਿਲਕੁਲ, ਮੈਂ ਕਹਿੰਦਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ,
ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਘਵ ਚੱਡੇ ਬਾਰੇ ਗੱਲ ਕੀਤੀ ਸੀ, ਉਹ ਤੁਸੀਂ ਜਾਣਦੇ ਹੋ ਗੋਰਾ ਜਿਹਾ ਸਾਰੇ ਪਾਸੇ ਉਰੇ ਚਿਕਣਾ ਜਿਹਾ ਪਹਿਲਾਂ ਨਾ, ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ। ਹੁਣ ਕਦੇ ਦੇਖਿਆ ਉਹ ਸਭ ਨੂੰ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਸੀ ਆ ਕੇ, ਜਿੰਨੇ ਇੰਡਸਟਰੀਅਲਿਸਟ ਨੇ ਮੈਂ ਤੁਹਾਡੇ ਚੈਨਲਾਂ ਦੇ ਮੂਹਰੇ ਕਹਿਣਾ, ਜਿੰਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ, ਸਭ ਨੂੰ ਮਾਂਜ ਕੇ ਲੈ ਗਿਆ। ਅਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ, ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਹੈ ਜਾਂ ਕਿਤੇ ਲੰਡਨ ਰਹਿੰਦਾ ਹੈ, ਅਤੇ ਉਹਦਾ ਕੋਈ ਥਾਂ ਟਿਕਾਣਾ ਨਹੀਂ ਗਾ। ਉਹ ਤਾਂ ਚੂੰਡੀ ਹਜੇ ਮੈਂ ਇੱਕ ਦੀ ਵੱਢੀ ਆ, ਤਾਂ ਇੰਨੀ ਲੱਗੀ, ਹਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਹਰ ਬਾਹਰ ਹੀ ਵੱਢੀ ਆ, ਹਜੇ ਤਾਂ ਜਦੋਂ ਕਮੀਜ਼ ਪਰੇ ਕਰਕੇ ਚੂੰਡੀ ਵੱਢਾਂਗੇ ਫਿਰ ਦੇਖਿਓ ਇਹਨਾਂ ਦਾ ਹਾਲ ਕੀ ਆ। ਲੱਤਾਂ ਨਹੀਂ ਭਾਰ ਚੱਲਣੀਆਂ, ਬਹੁਤ ਕਮਜ਼ੋਰ ਲੱਤਾਂ ਨੇ। ਜਿਵੇਂ ਦਾਵਾ ਕਰਦੇ ਨੇ ਆਖਰੀ ਸਵਾਲ ਕੀਤੇ ਨੇ, ਜਿੱਥੇ ਸੀਟਾਂ ਹਿੱਸੇ ਪੈਣਗੀਆਂ ਪੰਜਾਬੀ ਫਿਰ ਤੁਹਾਨੂੰ ਲੈ ਕੇ? ਇਹ ਗੱਲ ਇਹ ਆ, ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੋਤਾ ਹੈ, ਇਹੋ ਜਿਹੀ ਗੱਲ ਕਰਦਾ ਸੀ ਨਾ, ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ। ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ। 13 ਦੀਆਂ 13 ਦੀ ਗੱਲ ਕਰਦੇ ਹਾਂ, 13 ਹਲਕਿਆਂ 'ਚ ਜਾ ਕੇ ਦਿਖਾਉਣ, ਤੁਹਾਡੇ ਤਾਂ ਤੁਹਾਨੂੰ ਤਾਂ ਪਤਾ ਹੀ ਆ, ਤੁਹਾਡੇ MLA ਨੇ ਜਿਹੜੇ, ਮੈਂ ਉਹਨਾਂ ਨੂੰ ਹਮੇਸ਼ਾ ਸੁਣਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ MLA ਹੀ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ, ਉਹਦਾ ਤਾਂ ਜਵਾਬ ਨਹੀਂ ਹੁੰਦਾ, ਵਿਰੋਧੀਆਂ ਦਾ ਜਵਾਬ ਇਹ ਕਿੱਥੋਂ ਦੇ ਦੇਣਗੇ? ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲ ਆ, ਸ਼ੂਟ ਆਊਟ ਹੋ ਰਹੇ ਆ, ਸਪਾਰੀਆਂ ਲਈਆਂ ਜਾ ਰਹੀਆਂ, 100-100 ਮੋਬਾਈਲ ਅੰਦਰੋਂ ਲੱਭ ਰਹੇ ਆਏ, ਕੋਈ ਹਾਲ ਹੀ ਨਹੀਂ ਗਾ। ਕਿਸੇ ਮੰਤਰੀ ਦੀ ਪੁੱਛ ਨਹੀਂ, ਕੋਈ MLA ਦੀ ਪੁੱਛ ਨਹੀਂ, ਜੋ ਅਫਸਰਸ਼ਾਹੀ ਆ ਉਹ ਲੁੱਟ ਖੁੱਟ ਸੁੱਟ ਕਰ ਰਹੀ ਆ, ਅਤੇ ਸਾਰਾ ਪੈਸਾ ਹੈ ਜਿਹੜਾ ਉਹ ਦਿੱਲੀ ਪਹੁੰਚ ਰਹੇ ਆ। ਇਹਦੇ ਹੱਥ ਤਾਂ ਕੁਛ ਵੀ ਨਹੀਂ ਗਾ, ਇਹ ਸਰਕਾਰ ਦੇ ਹੱਥ ਤਾਂ ਕੁਛ ਵੀ ਨਹੀਂ ਗਾ। ਜੇ ਉਹ ਇਮਾਨਦਾਰ ਆ, ਅਸੀਂ ਤਾਂ ਜਦੀ ਜੇਲ੍ਹਾਂ 'ਚ ਚਲੇ ਜਾਂਦੇ, ਫਿਰ ਕੇਜਰੀਵਾਲ ਭੱਜਦਾ ਕਿਉਂ ED ਤੋਂ? ਅਗਲੀ ਵਾਰੀ ਇਹਨਾਂ ਦੀ ਆ। ਆਹ ਜਿਹੜਾ ਫਾਈਨਾਂਸ ਮਿਨਿਸਟਰ ਆ, ਇਹ ਸਾਰੇ ਪੈਸੇ ਇਕੱਠੇ ਕਰਕੇ ਆ, ਜਿਹੜੇ ਸ਼ਰਾਬ ਪਾਲਿਸੀ ਬਣਾਈ ਆ, ਹਰ ਵਾਰ ਬਦਲ ਦਿੰਦੇ ਆ, ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕੇ ਆਉਂਦਾ, ਤਾਂ ਉਰੇ ਪਾਲਿਸੀ ਪਾਸ ਹੁੰਦੀ ਆ। ਇਸ ਕਰਕੇ ਇਹ ਤਾਂ ਜਮ੍ਹਾਂ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ, ਕਦੇ ਦੇਖਿਆ ਨਹੀਂ ਸੀ, ਉਹ ਨੰਗਾ ਨਾਚ ਆ ਜਿਹੜਾ ਕਰਪਸ਼ਨ ਦਾ ਹੋ ਰਿਹਾ। ਬੀਜੇਪੀ ਵੱਲੋਂ 400 ਸੀਟਾਂ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ, ਕਾਂਗਰਸ ਵੱਲੋਂ ਕੀ ਕਹਿ ਰਿਹਾ? ਦੇਖੋ, ਅਸੀਂ ਦਾਅਵੇ ਨਹੀਂ ਕਰਦੇ, ਦਾਅਵੇ ਕਰਨ 'ਚ ਤਾਂ ਕੀ ਲੱਗਦਾ ਹੈ ਕਹਿ ਦਿਓ, ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਇੰਸ ਬਣਿਆ ਹੈ, ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ, ਅਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ, ਅੱਗੇ ਨਾਲੋਂ ਸਾਡੀ ਟੈਲੀ ਆ ਜਿਹੜੀ ਸੀਟਾਂ ਦੀ ਉਹ ਵਧੇਗੀ। ਜੇ ਮੈਂ ਐਵੇਂ 400 ਦੀ ਗੱਲ ਕਰਾਂ, 500 ਦੀ ਗੱਲ ਕਰਾਂ, ਉਹ ਬੇਮਾਨਾ ਹੈ। ਇੱਕ ਸਰ, ਜਿਹੜਾ ਪੰਜਾਬ 'ਚ ਗੱਠਜੋੜ ਆਮ ਆਦਮੀ ਪਾਰਟੀ ਦਾ ਅਤੇ ਕਾਂਗਰਸ ਦਾ ਦੱਸਿਆ ਯਾਰ, ਉਹਦੀ ਕੋਈ ਉਮੀਦ? ਨਾ ਜੀ ਨਾ, ਇਹ ਛੱਡੋ ਯਾਰ, ਭੰਡਾ ਨਾ ਕਾਹਦਾ ਗੱਲ ਇਹ ਹੁੰਦਾ ਇਹ ਗੱਠਜੋੜ।